ਸਿੱਖ ਗੁਰਦੁਆਰਾ ਐਕਟ ਦੇ ਵਿੱਚ ਸੋਧ ਤੋਂ ਬਾਅਦ ਲਗਾਤਾਰ ਵਿਵਾਦ ਚੱਲ ਰਿਹਾ ਹੈ ਜਿੱਥੇ ਵਿਰੋਧੀ ਧਿਰਾਂ ਨੇ ਸਰਕਾਰ ਤੇ ਨਿਸ਼ਾਨਾ ਲਾਇਆ ਉੱਥੇ ਸਿੱਖ ਬੁੱਧੀਜੀਵੀ ਵੀ ਇਸ ਤੇ ਸਵਾਲ ਚੁੱਕ ਰਹੇ ਨੇ ਔਰ ਹੁਣ ਐਸਜੀਪੀਸੀ ਨੇ اجلاس ਬੁਲਾ ਕੇ ਸਰਕਾਰ ਦੇ ਇਸ ਬਿੱਲ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ ਇਸ ਪੂਰੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਨੇ ਸੀਨੀਅਰ ਆਗੂ ਨੇ ਅਕਾਲੀ ਦਲ ਸਯੁਜਤ ਦੇ ਪ੍ਰਧਾਨ ਨੇ ਲੰਮਾ ਤਜਰਬਾ ਰਿਹਾ ਇਹਨਾਂ ਦਾ ਢੀਂਸਾ ਸਾਹਿਬ ਕਿਵੇਂ ਦੇਖਦੇ ਹੋ ਇਸ ਪੂਰੇ ਮਸਲੇ ਨੂੰ ਬੜਾ ਪੇਚੀਦਾ ਹੋ ਗਈ ਪੂਰੀ ਕਹਾਣੀ ਬਿਲ ਤੋਂ ਬਾਅਦ ਦੋ ਗੱਲਾਂ ਮੈਂ ਕਹਿਣਾ ਚਾਹਾਂਗਾ ਇੱਕ ਤਾਂ ਇਹ ਹੈ ਕਿ ਮਾਨ ਸਾਹਿਬ ਦਾ ਇਹ ਗਲਤ ਫੈਸਲਾ ਸੀ ਕਿਉਂਕਿ ਇਹ ਬੈਠ ਕੇ ਕੇਸ ਤੇ ਜਾਈ ਜਾ ਸਕਦੀ ਸੀ ਔਰ ਮੈਂ ਸਮਝਦਾ ਕਿ ਉਹਨਾਂ ਨੂੰ ਮੌਕਾ ਦਿੱਤਾ ਇਕੱਠੇ ਕਰਨ ਦਾ ਕਿਉਂਕਿ ਕੋਈ ਵੀ ਸਿੱਖ ਨਹੀਂ ਚਾਹੁੰਦਾ ਵੀ ਸਰਕਾਰ ਦਾਖਲ ਦੇਵੇ ਐਕਟ ਦੇ ਅੰਦਰ ਲੇਕਿਨ ਨਾਲ ਦੀ ਨਾਲ ਅੱਜ ਐਸਡੀਪੀਸੀ ਤੁਸੀਂ ਦੇਖਿਆ ਹੋਣਾ اپੋਜੀਸ਼ਨ ਵਾਲਿਆਂ ਨੇ ਕੰਜ ਨੂੰ ਬੋਲਣ ਦੀ ਚਪੂਰਾ ਦਿੱਤਾ ਉਹਨਾਂ ਨੇ ਕਿਹਾ ਵੀ ਇਹ ਹਾਲਾਤ ਕਿਉਂ ਪੈਦਾ ਹੋਏ ਸਭ ਨੂੰ ਪਤਾ ਹੈ ਕਿ ਹਾਲਾਤ ਇਸ ਕਰਕੇ ਪੈਦਾ ਹੋਏ ਵੀ ਸੁਖਵੀਰ ਸਿੰਘ ਬਾਦਲ ਨੇ ਸਾਰਾ ਕੰਟਰੋਲ ਆਪਣੇ ਅੰਦਰ ਰੱਖਿਆ ਹੋਇਆ ਤੇ ਜਿਸਦਰ ਦੀ ਇਕਰਾਰ ਤੱਕ ਦੀ ਜਿਸਦਰ ਦੀ ਵੀ ਮੰਨੀ ਹੈ ਉਹਨੇ ਸਿੱਖ ਸੰਸਥਾਵਾਂ ਦੀ ਵੀ ਮੰਨੀ ਤੇ ਲੇਕਿਨ ਉਹ ਆਪਣੇ ਪੈਸੇ ਬਣਾਉਣ ਲਈ ਉਹਨਾਂ ਨੇ ਉਹ ਪੀਟੀਸੀ ਨੂੰ ਕੱਲੀ ਨੂੰ ਦਿੱਤਾ ਲੇਕਿਨ ਮੈਂ ਹੁਣ ਵੀ ਕਹਿਣਾ ਚਾਹਾਂਗਾ ਐਜਡੀਪੀਸੀ ਪ੍ਰਧਾਨ ਨੂੰ ਕਿ ਅਗਰ ਤੁਸੀਂ ਵਿੰਗੇਟੇਡੇ ਢੰਗ ਨਾਲ ਵੀ ਦੁਬਾਰਾ ਉਹਨਾਂ ਨੂੰ ਫੇਰ ਦੇਣ ਦਾ ਯਤਨ ਕੀਤਾ ਤੇ ਜੋ ਅੱਜ ਹਾਲਾਤ ਪੈਦਾ ਹੋਏ ਨੇ ਇੱਕ ਤਾਂ ਨਜ਼ਰ ਆ ਰਹੀ ਹੈ ਉਹ ਬਹੁਤ ਟੁੱਟ ਕੇ ਨਹੀਂ ਟੁੱਟੇਗੀ ਨਹੀਂ ਬਲਕਿ ਖੇਰੂ-ਖੇਰੂ ਹੋ ਜਾਏਗੀ ਇਸ ਕਰਕੇ ਉਹਨਾਂ ਨੂੰ ਚਾਹੀਦਾ ਹੈ ਕਿ ਪੀਟੀਸੀ ਨੂੰ ਪੀਟੀਸੀ ਦੇ ਮਾਰਕਾ ਨੂੰ ਨਹੀਂ ਬਲਕਿ ਪੂਰਾ ਖੋਲ ਕੇ ਸਾਰਿਆਂ ਨੂੰ ਅਲਾਊ ਕਰਨਾ ਚਾਹੀਦਾ ਪਰ ਜਿਹੜੇ ਜਿਸ ਤਰ੍ਹਾਂ ਦੀ ਇਹ ਸ਼ੁਰੂਆਤ ਹੋਈ ਕਿਵੇਂ ਸਮਝਦੇ ਹੋ ਕਿ ਜੇ ਇਹ ਐਕਟ ਆਇਆ ਜੇ ਇਹ ਬੈਲ ਜਿਹੜਾ ਹੈਗਾ ਪਾਸ ਕੀਤਾ ਗਿਆ ਸੋਧ ਕੀਤੀ ਗਈ ਤਾਂ ਕਿਵੇਂ ਸਮਝਦੇ ਹੋ ਕਿ ਆਖਿਰ ਮਨਸ਼ਾ ਕੀਰੀ ਹੋਵੇਗੀ ਸਰਕਾਰ ਦੀ ਕਿਉਂਕਿ ਸਰਕਾਰ ਤਾਂ ਕਹਿੰਦੀ ਹੈ ਮੁੱਖ ਮੰਤਰੀ ਕਹਿੰਦੇ ਹੈ ਕਿ ਮੇਰਾ ਤਾਂ ਜਿਹੜਾ ਮਕਸਦ ਇਹ ਹੈ ਕਿ ਗੁਰਬਾਣੀ ਸਭ ਨੂੰ ਜਿਹੜਾ ਹੈਗਾ ਮੁਫਤ ਮਿਲੇ ਕਿਸੇ ਇੱਕ ਕੋਲੇ ਅਧਿਕਾਰ ਨਾ ਰਵੇ ਪਰ ਉਸ ਨੂੰ ਲੈ ਕੇ ਚਾਹੇ ਚ ਸਕੂਲਕਾ ਹੁਣ ਉਹ ਵੀ ਕਈ ਤਰ੍ਹਾਂ ਸਵਾਲ ਖੜੇ ਕਰ ਰਹੇ ਨੇ ਕਿਵੇਂ ਦੇਖਦੇ ਹੋ ਕਿ ਇਹ ਜੇ ਆਈਡੀਆ ਸੋਧ ਕਰਨ ਦਾ ਆਇਆ ਕਿਉਂਕਿ ਜਿਹੜੀ ਇਸ ਤੋਂ ਪਹਿਲਾਂ ਦਾਵਾ ਕੀਤਾ ਜਾ ਰਿਹਾ ਕਿ ਪਹਿਲਾਂ ਨਹੀਂ ਸੀ ਹੋਈ ਦੇਖੋ ਇਸ ਵਾਰ ਜਦੋਂ ਹੁਣ ਮਹਾਲਾਤ ਪੈਸੇ ਹੋਏ ਨੇ ਸੀ ਕਿ ਸਾਰੇ ਸਿੱਖ ਜਗਤ ਵੀ ਬਹੁਤ ਬੜੀ ਮਹਾਲਤ ਹੋ ਰਹੀ ਹੈ ਇਸ ਗੱਲ ਦੀ ਕਿ ਉਹਨਾਂ ਨੂੰ ਕੱਲਿਆਂ ਨੂੰ ਨਹੀਂ ਚਲਾਉਣਾ ਚਾਹੀਦਾ ਹੁਣ ਖਤਮ ਹੋ ਰਿਹਾ ਅਗਲੇ ਮਹੀਨੇ ਟੈਂਡਰ ਉਹਨਾਂ ਦੀ ਐਗਰੀਮੈਂਟ ਉਸ ਤੋਂ ਬਾਅਦ ਚੀਫ ਮਿਨਿਸਟਰ ਨੂੰ ਵੀ ਚਾਹੀਦਾ ਸੀ ਦੂਸਰਿਆਂ ਨੂੰ ਵੀ ਚਾਹੀਦਾ ਸੀ ਕਿ ਉਹ ਇਸ ਨੂੰ ਪੂਰਾ ਪ੍ਰੈਸ਼ਰ ਆ ਕੇ ਐਡਪੀਸੀ ਕੋਲੇ ਦੇ ਪਰ ਇਹ ਲਾ ਕੇ ਉਹਨੂੰ ਉਹਨਾਂ ਦਾ ਦੁਬਾਰਾ ਰਿਵਾਈਵ ਨਾ ਕਰਨ ਦੇਣ ਅੱਜ ਵੀ ਇਹ ਹਾਲਤ ਹੈ ਇਸ ਕਰਕੇ بجائے ਇਸ ਤੇ ਕਿ ਐਮੈਂਡਮੈਂਟ ਲਿਆਉਂਦਾ ਮੁੱਖ ਮੰਤਰੀ ਮੁੱਖ ਮੰਤਰੀ ਨੂੰ ਚਾਹੀਦਾ ਸੀ ਕਿ ਉਹ ਲੋਕਾਂ ਦੀ ਉਹਨਾਂ ਦੀ ਨਾਲ ਇਕੱਠੇ ਕਰਕੇ ਆਲ ਪਾਰਟੀ ਜਾਂ ਉਹ ਅਕਾਲੀ ਜਿਸੇ ਖਿੱਤੇ ਸੰਗਤਾਂ ਜਿਹੜੀਆਂ ਚਾਹੁੰਦੀਆਂ ਸੀ ਕਿ ਉਹਨੂੰ ਇੱਕ ਪਰਿਵਾਰ ਕੋਲ ਨਾਲ ਸਭ ਕੁਝ ਰਹੇ ਉਹਨਾਂ ਨੂੰ ਇਕੱਠੇ ਕਰਕੇ ਉਹ ਇੱਕ ਆਵਾਜ਼ ਐਸੀ ਬਣ ਸਕਦੀ ਸੀ ਜਿਹੜੀ ਇਹ ਤੋਂ ਇਹ ਤੋਂ ਬਿਨਾ ਸਾਰੇ ਜਾ ਸਕਦਾ 300 ਸਭ ਐਸਜੀਪੀਸੀ ਨੇ ਸਾਫ਼ ਕਰ ਦਿੱਤਾ ਹੈ ਇਕਦਾ ਮੂਲੋ ਰੱਦ ਕਰ ਦਿੱਤਾ ਹੈ ਇਸ ਸੋਧ ਨੂੰ ਦੂਜਾ ਉਹਨਾਂ ਨੇ ਕਿਹਾ ਹੈ ਕਿ ਗਵਰਨਰ ਨੂੰ ਮਿਲ ਲੈਣੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲਣਗੇ ਤੇ ਨਹੀਂ ਤਾਂ ਫਿਰ ਕਹਿੰਦੇ ਕਿ ਮੋਰਚਾ ਲਾਉਣ ਦੀ ਤਿਆਰੀ ਜਿਹੜੀਆਂ ਰਵੈਤਾ ਨੇ ਸਿੱਖ ਪੰਥ ਦੀਆਂ ਕਹਿੰਦੇ ਕਿ ਉਹਦੇ ਮੁਤਾਬਕ ਅਸੀਂ ਆਪ ਦਾ ਮੋਰਚਾ ਲਾਵਾਂਗੇ ਦੇਖੋ ਮੋਰਚਾ ਤਾਂ ਹੀ ਲੱਗੇਗਾ ਜੇ ਇਹ ਕਹਿੰਦਾ ਮੋਰਚਾ ਫਿਰ ਦੁਬਾਰਾ ਉਹਨਾਂ ਨੂੰ ਦੁਬਾਰਾ ਦੇਣ ਦਾ ਆਯੋਜਨ ਕਰਨਗੇ ਫਿਰ ਕੋਈ ਮੋਰਚਾ ਨਹੀਂ ਚੱਲੇਗਾ ਮੋਰਚੇ ਚ ਚਲੌਣੇ ਬੜੇ ਔਖੇ ਨੇ ਇਹਨਾਂ ਹਾਲਾਤ ਵਿੱਚ ਹੁਣ ਕੌਣ ਚੱਲ ਜਾਏਗਾ ਜੀ ਕਿੰਨੇ ਕ ਬੰਦੇ ਨੇ ਜਿਹੜੇ ਜੇਲ੍ਹ ਜਾਣਾ ਨੇ ਉਹਨਾਂ ਨੂੰ ਪ੍ਰੈਸ਼ਰ ਰੱਖਣਾ ਚਾਹੀਦਾ ਹੈ ਕਿ ਸਿੱਖ ਸੰਸਥਾਵਾਂ ਦੇ ਅੰਦਰ ਕੋਈ ਵੀ ਦਖਲ ਸਰਕਾਰ ਦਾ ਨਾ ਹੋਵੇ ਪਤਾ ਨਹੀਂ ਇਹ ਪੰਡਿਤ ਨਹਿਰੂ ਵਾਲਾ ਤੇ ਮਾਸਟਰ ਤਾਰਾ ਸਿੰਘ ਪੈਕ ਟੂ ਦੀ ਗੱਲ ਕਰ ਰਹੇ ਨੇ ਮੈਂ ਤਾਂ ਬੜੇ ਪੜੇ ਨਹੀਂ ਅਜਿਹਾ ਕੁਕ ਕਹੀ ਮੈਂ ਪਰ ਉਹਦੇ ਬਾਰੇ ਵੀ ਬਹੁਤ ਸ਼ੰਕਾਵਾਂ ਨੇ ਲੋਕਾਂ ਨੂੰ ਕਿ ਉਹਦੇ ਕੋਈ ਐਸੀ ਉਹ ਤਾਂ ਕੀਤਾ ਜਾ ਸਕਦਾ ਨਹੀਂ ਕੀਤਾ ਜਾਂਦਾ ਪਤਾ ਨਹੀਂ ਇਹ ਤਾਂ ਲੋਕਾਂ ਵਾਲੇ ਦੱਸਣਗੇ ਸਾਨੂੰ ਉਹ ਤਾਂ ਨਹੀਂ ਪਤਾ ਟਿਰਸਾਬ ਇਸ ਮਸਲੇ ਦਾ ਹੱਲ ਕਿਵੇਂ ਹੋਏਗਾ ਨਿਵੇੜੇ ਵਾਲੇ ਪਾਸੇ ਗੱਲ ਕਿਵੇਂ ਤੁਰੇਗੀ ਕਿਉਂਕਿ ਇੱਕ ਪਾਸੇ ਵਿਰੋਧ ਹੈ ਦੂਜੇ ਪਾਸੇ ਸਰਕਾਰ ਕਹਿੰਦੀ ਹੈ ਕਿ ਇਹ ਕਰਨਾ ਹੈ ਇਹਦਾ ਇੱਕੋ ਹੀ ਤਰੀਕਾ ਹੈ ਕਿ ਜਿਹੜੀ ਐ ਜੀ ਪੀ ਸੀ ਹੈ ਉਹ ਕਹੇ ਵੀ ਅਸੀਂ ਸਾਰਿਆਂ ਲਈ ਖੋਲਾਂਗੇ ਤੇ ਇਹ ਕਹਿੰਨ ਵੀ ਅਸੀਂ ਬਿਦਾ ਕਰਦੇ ਹਾਂ ਇਹ ਗੱਲ ਬੁੱਕ ਜਾਂਦੀ ਹੈ ਉਹ ਇਹ ਕਹਿ ਦਿੰਦਾ ਹੈ ਜੀਪੀਸੀ ਵਾਲੇ ਕਿ ਅਸੀਂ ਜਾ ਆਪਣਾ ਚਲਾਵਾਂਗੇ ਚੈਨਲ ਜਾਂ ਫਿਰ ਸਾਰਿਆਂ ਦੇ ਖੋਲਾਂਗੇ ਤੇ ਉਹ ਤੋਂ ਬਾਅਦ ਇੱਕ ਇਹ ਇੱਕ ਦਾ ਕੋਈ ਮਤਲਬ ਹੀ ਨਹੀਂ ਰਹ ਜਾਂਦਾ ਐਮੈਂਡਮੈਂਟ ਦਾ ਐਮੈਂਡਮੈਂਟ ਦਾ ਅੱਛਾ ਕਿਵੇਂ ਦੇਖਦੇ ਹੋ ਜੇ ਮੋਰਚੇ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਅਗਰ ਇਸ ਤਰ੍ਹਾਂ ਦਾ ਸੰਘਰਸ਼ ਵਿੱਢਿਆ ਜਾਂਦਾ ਤਾਂ ਪੰਜਾਬ ਦੇ ਮਾਹੌਲ ਤੇ ਕੋਈ ਅਸਰ ਪੈ ਸਕਦਾ ਪੰਜਾਬ ਦੇ ਹਾਲਾਤਾਂ ਤੇ ਅਸਰ ਤੁਹਾਨੂੰ ਲੱਗਦਾ ਕਿ ਇਸ ਚੀਜ਼ ਦਾ ਪੈ ਸਕਦਾ ਦੀ ਇਸ ਚੀਜ਼ ਦਾ ਤਾਂ ਹੀ ਪੈਗਾ ਨਾ ਇਹ ਇਸ ਨੂੰ ਲਾਗੂ ਹੋਣ ਦੇਣਗੇ ਲਾਗੂ ਤਾਂ ਹੀ ਹੋ ਤਾਂ ਹੀ ਨਹੀਂ ਹੋ ਸਕਦਾ ਅਗਰ ਆਈਜੀਪੀਸੀ ਚਾਹੇ ਕਿ ਅਸੀਂ ਇਕੱਲੇ ਇੱਕ ਚੈਨਲ ਨੂੰ ਨਹੀਂ ਦੇਣਾ ਇਹ ਫੈਸਲਾ ਕਰ ਲੈ ਆਪਣੇ ਚਲਾਉਣ ਦਾ ਜਾਂ ਸਾਰੇ ਨੂੰ ਦੇਣ ਦਾ ਤਾਂ ਇਹ ਮਸਲੇ ਦਾ ਹੱਲ ਹੋ ਜਾਦਾ ਕੁ ਸੁਖਦੇਵ ਸਿੰਘ ਢੀਂਸਾ ਕੀ ਚਾਹੁੰਦੇ ਨੇ ਅਕਾਲੀ ਉਹ ਸੰਯੁਕਤ ਕੀ ਚਾਹੁੰਦਾ ਇਸ ਪੂਰੇ ਮਸਲੇ ਚ ਕੀ ਤੁਸੀਂ ਕੋਈ ਭੂਮਿਕਾ ਨਿਭਾ ਸਕਦੇ ਹੋ ਕੋਈ ਮੀਡੀਏਟਰ ਦੀ ਜਾਂ ਕੋਈ ਕੇਂਦਰ ਦੇ ਨਾਲ ਕੋਈ ਕੇਂਦਰ ਵਾਲੇ ਨਾਲ ਤੁਹਾਡੀ ਜਿਹੜਾ ਹੈਗਾ ਭਾਈਵਾਲੀ ਕਹ ਲਈਏ ਉਹਨਾਂ ਨਾਲ ਤੁਹਾਡਾ ਤਾਲਮਿਲ ਠੀਕ ਹੈ ਤਾਂ ਕੀ ਸੁਖਦੇਵ ਸਿੰਘ ਢੀਂਸਾ ਸੋਚਦੇ ਨੇ ਕਿ ਇਸ ਮਸਲੇ ਦੇ ਵਿੱਚ ਕੀ ਕੀਤਾ ਜਾਣਾ ਚਾਹੀਦਾ ਤੇ ਤੁਸੀਂ ਕੋਈ ਭੂਮਿਕਾ ਦੇ ਵਿੱਚ ਨਜ਼ਰ ਆ ਸਕਦੇ ਹੋ ਨਹੀਂ ਭੂਮਿਕਾ ਤਾਂ ਤਾਂ ਹੀ ਹੋएगी ਨਾ ਜੀ ਜੇ ਕੋਈ ਪ੍ਰਮਖ ਗਾਲੀ ਕਹੇਗਾ ਨਹੀਂ ਪਰ ਮਸਲਾ ਪੰਥ ਦਾ ਠੀਕ ਸਾਹਿਬ ਨਹੀਂ ਪਰ ਇਥੇ ਕਿ ਮਿਲਦਾ ਕਿ ਸ਼ਾਇਦ ਕਵੇ ਕੋਈ ਨਾ ਪਰ ਮਸਲਾ ਪੰਥ ਦਾ ਆ ਗਿਆ ਇੱਥੇ ਤੇ ਇਹ ਦਾਵਾ ਕੀਤਾ ਜਾ ਰਿਹਾ ਹੈ ਨਾ ਇੱਕ ਪਾਸੇ ਕਹਿੰਦੇ ਨੇ ਕਿ ਸਟੇਟ ਵਰਸਸ ਜਿਹੜਾ ਹੈਗਾ ਪੰਥ ਆ ਗਿਆ ਨਹੀਂ ਹੋ ਸਕਦਾ ਇਹ ਅਗਰ ਇਹ ਐਚਜੀਪੀਸੀ ਫੈਸਲਾ ਕਰ ਲੇ ਕਿ ਅਸੀਂ ਇੱਕ ਇੱਕ ਚੈਨਲ ਨੂੰ ਨਹੀਂ ਦੇਣਾ ਤਾਂ ਇਹ ਅੱਗੇ ਗੱਲ ਤੇ ਰੁੱਟੀ ਜਾ ਸਕਦੀ ਹੈ ਫਿਰ ਸੁਖਦੇਸ਼ ਸਿੰਘ ਨਾਲ ਜਾ ਕੇ ਖੜੇ ਹੋਣਗੇ ਫਿਰ ਖੜੇ ਹੋਣਗੇ ਨਾਲ ਸੁਰਦੇਵ ਸਿੰਘ ਢੀਂਸਾ ਸਾਹਿਬ ਤੋਂ ਵੀ ਕਹਿੰਦੇ ਨੇ ਕਿ ਮਸਲੇ ਦਾ ਗਲਬਤ ਨਹੀਂ ਹੱਲ ਨਿਕਲਣਾ ਚਾਹੀਦਾ ਸੀ ਇਹ ਸੋਧ ਨਹੀਂ ਹੋਣੀ ਚਾਹੀਦੀ ਸੀ ਇਸ ਤੋਂ ਪਹਿਲਾਂ ਹੀ ਗੱਲਬਾਤ ਕੀਤੀ ਜਾ ਸਕਦੀ ਸੀ ਪਰ ਹੁਣ ਵੀ ਕਹਿੰਦੇ ਨੇ ਕਿ ਜੇ ਐਸਜੀਪੀਸੀ ਅਜੇ ਵੀ ਕਿਸੇ ਇੱਕ ਧਿਰ ਦੇ ਨਾਲ ਸਿੱਧੇ ਤੌਰ ਤੇ ਕਹ ਲਈਏ ਕਿ ਬਾਦਲ ਪਰਿਵਾਰ ਦੇ ਨਾਲ ਖੜਨ ਦੀ ਕੋਸ਼ਿਸ਼ ਕਰੇਗੀ ਤਾਂ ਕਹਿੰਦੇ ਨੇ ਕਿ ਫਿਰ ਨਾ ਤਾਂ ਮੋਰਚਾ ਸਫਲ ਹੋਵੇਗਾ ਤੇ ਨਾ ਹੀ ਕਿਸੇ ਨੇ ਨਾਲ ਆ ਕੇ ਖੜੇ ਹੋਣਾ ਤੇ ਦੂਜੀ ਗੱਲ ਸੁਰਦੇਵ ਸਿੰਘ ਢੀਂਸਾ ਕਹਿੰਦੇ ਨੇ ਕਿ ਜੇ ਐਸਜੀਪੀਸੀ ਇੱਕ ਧਿਰ ਦੇ ਨਾਲ ਉਹ ਹਟਦੀ ਹੈ ਤਾਂ ਫਿਰ ਸੁਦੇਸ਼ਰ ਝਿੰਟਸਾ ਵੀ ਨਾਲ ਆ ਕੇ ਖੜੇ ਹੋ ਸਕਦੇ ਨੇ ਦੇਖਦੇ ਹਉਣ ਵਾਲੇ ਦਿਨਾਂ ਦੇ ਵਿੱਚ ਇਹ ਪੂਰਾ ਮਸਲਾ ਕਿਸ ਪਾਸੇ ਵੱਲ ਵੱਧਦਾ ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਨਵਿੰਦਰ ਸਿੰਘ ਨਿਊਜ਼ 18 ਚੰਡੀਗੜ੍ਹ